ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਹਾਜ਼ਰਾਂ ਤੁਹਾਡੀ ਕਚਹਿਰੀ ਵਿੱਚ ਇੱਕ ਤਾਜ਼ਾ ਭਖਦਾ ਮਸਲਾ ਲੈ ਕੇ ਮਸਲਾ ਤੁਸੀਂ ਜਾਣਦੇ ਹੋ ਕਿ ਗਰਦਾਸਪੁਰ ਜੀਮਨੀ ਚੋਣ ਦਾ ਆ ਤੇ ਜਿਹਦੇ ਵਿੱਚ ਕਾਂਗਰਸ ਪਾਰਟੀ ਨੇ ਭਾਰੀ ਜਿੱਤ ਪ੍ਰਾਪਤ ਕੀਤੀ ਆ ਤੇ ਕੱਲ ਮੈਂ ਲਾਈਵ ਹੋਇਆ ਸੀਗਾ ਤੇ ਮੈਂ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਭਗਵੰਤ ਚਾਹੇ ਸੁਖਪਾਲ ਦੋਨੇ ਸਲਾਹ ਕਰ ਲੈਣ ਹਾਰ ਦੀ ਜ਼ਿੰਮੇਵਾਰੀ ਕਿਹੜੀ ਹੈਗੀ ਉਹਨਾਂ ਨੂੰ ਲੈਣੀ ਚਾਹੀਦੀ ਆ ਤੇ ਜ਼ਿੰਮੇਵਾਰੀ ਲੈ ਕੇ ਕਿ ਅਸੀਂ ਤੇ ਅਸਲੀਫੇ ਦੀ ਪੇਸ਼ਕਸ਼ ਕਰਨੀ ਚਾਹੀਦੀ ਆ ਚਾਹੇ ਪਾਰਟੀ ਲਵੇ ਚਾਹੇ ਨਾ ਲਵੇ ਦੋਸਤੋ ਬੇਨਤੀ ਕਰਦਾ ਅੱਜ ਦੀ ਅਖਬਾਰ ਸਾਰਿਆਂ ਨੇ ਤੁਸੀਂ ਵੀ ਪੜ੍ਹੀ ਹੋਣੀ ਆ ਤੇ ਸੁਖਪਾਲ ਖਹਿਰਾ ਲਾਈਵ ਵੀ ਹੋਇਆ ਸੀਗਾ ਤੇ ਉਹਨੇ ਹਾਰ ਨੂੰ ਸਵੀਕਾਰ ਕਰਦਿਆਂ ਹੋਇਆਂ ਕਿ ਆ ਕਿ ਅਸੀਂ ਕੋਹ ਕਰਾਂਗੇ ਤੇ ਨਾਲ ਦੀ ਨਾਲ ਘੋਕ ਕਰਨ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਹਤਿਆਸ ਜਿਹੜਾ ਪਿਛਲਾ ਆ ਉਹ ਉਹੀ ਆਪਣਾ ਦੁਹਾਇਆ ਗਿਆ ਵਾ ਕਿ ਜਿਹਦੀ ਸਰਕਾਰ ਜਿਹਦੀ लाठी ਉਹਦੀ ਬੈਂਸ ਬੈਂਸ ਜਨਕੀ ਜਿਹਦੇ ਹਾਸੇ ਡਾਂਗਾ ਮੱਝ ਉਹਦੀ ਆ ਤੇ ਪਹਿਲਾਂ ਤੇ ਮੈਨੂੰ ਇਸ ਗੱਲ ਤੇ ਹੀ ਇਤਰਾਜ ਆ ਕਿ ਪੰਜਾਬ ਦੇ ਲੋਕ ਨੂੰ ਭੈਂਸ ਕਹਿਣਾ ਤੇ ਸਰਕਾਰ ਨੂੰ ਲਾਠੀ ਕਹਿਣਾ ਇਹ ਕੋਈ ਬਾਲਾ ਵਧੀਆ ਪੰਜਾਬ ਦੇ ਲੋਕ ਇਤਿਹਾਸ ਬਦਲਦੇ ਵਿੱਚ ਗਵਾਹੀ ਭਰਦੇ ਆ ਬਹੁਤ ਵਾਰੀ ਉਹਨਾਂ ਵੱਡੀਆਂ-ਵੱਡੀਆਂ ਸਰਕਾਰਾਂ ਨੂੰ ਜਿਹੜਾ ਹੈਗਾ ਉਹ ਥੱਲੇ ਕੀਤਾ ਆ ਲਾਇਆ ਤਖਤ ਤੋਂ ਤੇ ਅਸੀਂ ਇਹ ਸ਼ਬਦ ਕੋਈ ਜ਼ਿੰਮੇਵਾਰੀ ਵਾਲਾ ਸ਼ਬਦ ਨਹੀਂ ਹੈਗਾ ਦੂਜੀ ਗੱਲ ਤੁਸੀਂ ਕਿਹਾ ਕਿ 10 ਪਿਛਲੀਆਂ ਆਪਣੀਆਂ ਚੋਣਾਂ ਦੇ ਵਿੱਚ ਇੱਕ ਕਾਂਗਰਸ ਪਾਰਟੀ ਜਿੱਤੀ ਤੇ ਬਾਕੀ ਕਾਲੀ ਦਲ ਜਿੱਤੀ ਆ ਹਵਾਲਾ ਦਿੱਤਾ ਤੁਸੀਂ ਕਿ ਜਿਹਦੀ ਸਰਕਾਰ ਸੀ ਉਹੀ ਜਿੱਤ ਜਿੱਦੀ ਰਹੀ ਆ ਤੇ ਉਸ ਤੋਂ ਪਹਿਲਾਂ ਤੁਸੀਂ ਕਹ ਵੀ ਕਾਂਗਰਸ ਦੀ ਸਰਕਾਰ ਸੀਗੀ ਉਹਦੇ ਵਿੱਚ ਕਾਂਗਰਸ ਨੇ ਤਿੰਨ ਜੀਵਨੀ ਚੋਣਾਂ ਜਿੱਤੀਆਂ ਤੁਸੀਂ ਸਾਰਿਆਂ ਨੇ ਮੇਰੇ ਦੋਸਤ ਵੀਡੀਓ ਦੇਖ ਸਕਦੇ ਹੋ ਪਰ ਮੇਰਾ ਮੇਰਾ ਮੈਂ ਅਸਤੀਫੇ ਦੀ ਮੰਗ ਇਸ ਕਰਕੇ ਨਹੀਂ ਸੀ ਕੀਤੀ ਕਿ ਇਹ ਜੀਵਨੀ ਚੋਣ ਕੌਣ ਹਾਰਿਆ ਵਾ ਤੇ ਜਾਂ ਸੱਤਾਧਾਰੀ ਪਾਰਟੀ ਜਿੱਤੀ ਤਾਂ ਕਿਉਂ ਜਿੱਤੀ ਆ ਇਹ ਨਹੀਂ ਗੱਲ ਹੈਗੀ ਉਹ ਤੇ ਚਲੋ ਜਿਹਦੀ ਨੀਤੀ ਉਹ ਸਰਕਾਰ ਦੀ ਜਿਹੜੀ ਹੈਗੀ ਆ ਉਹ ਹੁੰਦੀ ਆ ਮੈਂ ਤੇ ਇਹ ਗੱਲ ਕਹੀ ਕਿ ਆਪਾਂ ਛਾਤੀ ਥਾਣ ਕੇ ਗੈਰਤਮੰਦ ਪੰਜਾਬੀਆਂ ਦਾ ਹੋਕਾ ਦੇ ਕੇ ਇਹ ਗੱਲ ਆਨੇ ਆ ਕਿ ਅਸੀਂ ਵਿਰੋਧੀ ਧਰ ਦੇ ਜਿਹੜੇ ਹੈਗੇ ਆ ਕਿ ਅਸੀਂ ਵਿਰੋਧੀ ਧਰ ਚ ਬੈਠੇ ਆ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਾਨੂੰ ਵਿਰੋਧੀ ਧਰ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਤੇ ਉਹ ਗੱਲ ਕਰਦਾ ਆ ਕਿ ਤੁਹਾਨੂੰ ਦੂਜੇ ਨੰਬਰ ਤੇ ਆਉਣਾ ਚਾਹੀਦਾ ਸੀ ਤੇ ਕਾਂਗਰਸ ਨੂੰ 499 ਕਹਿਣ ਦਾ ਮਤਲਬ ਹੈ ਤਕਰੀਬਨ 5 ਲੱਖ ਅਕਾਲੀ ਦਲ ਨੂੰ ਇੰਨੇ ਕਲੰਕ ਲੱਗਣ ਦੇ ਬਾਵਜੂਦ ਵਿੱਚੇ ਸੋਚਾ ਵਿੱਚੇ ਸਲਾਰੀਆ ਲੱਗਣ ਦੇ ਬਾਵਜੂਦ ਵੀ ਤਕਰੀਬਨ 3 ਲੱਖ ਦੇ ਕਰੀਬ ਉਹ ਵੋਟਾਂ ਲੈ ਗਏ ਆ ਤੇ ਤੁਸੀਂ ਯਾਰ 23000 ਤੇ ਖੜ ਗਏ ਹੋ 23 ਤੇ 23200 ਕੁਛ ਤੇ ਮੈਂ ਤੁਸੀਂ ਉਥੇ ਡਾਕਾਂ ਤੇ ਮਾਰਦੇ ਹੋ ਨਾ ਵੱਡੇ ਵੱਡੇ ਜਾ ਕੇ ਤੁਸੀਂ ਵੀ ਕਿ ਹਾਂਜੀ ਜੀ ਕਿ ਅਸੀਂ ਆਪਣੀ ਮਰਜ਼ੀ ਮੈਂ ਤੇ ਉਹ ਤਾਂ ਮੈਂ ਇਹ ਕਹ ਨਹੀਂ ਕਿਹਾ ਕੀ ਜਿਹੜੀ ਪਾਰਟੀ ਸੱਤਾ 'ਚ ਹੁੰਦੀ ਉਹ ਜਿੱਤਦੀ ਨਹੀਂ ਜਾਂ ਦੂਜੀ ਨਹੀਂ ਪਰ ਜਿੱਦਾਂ ਉਹ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਆਉਂਦੀ ਸੀ ਤੇ ਤੁਹਾਨੂੰ ਕਿਉਂਕਿ ਕਾਲੀਆਂ ਦੀ ਸਰਕਾਰ ਸੀ ਤੁਹਾਨੂੰ ਤੇ ਦੂਜੇ ਨੰਬਰ ਤੇ ਹੋਣਾ ਚਾਹੀਦਾ ਸੀ ਨਾ ਮੇਰਾ ਸਵਾਲ ਆ ਸੀ ਤੇ ਕਾਲੀਆਂ ਨੂੰ ਹੋਣਾ ਚਾਹੀਦਾ ਸੀ 23000 ਤੇ ਕਿਉਂਕਿ ਜਿੰਨੇ ਉਹਨਾਂ ਦੇ ਕਲੰਕ ਲੱਗੇ ਸੀ ਤੇ ਤੁਸੀਂ ਇਸ ਬੰਨੇ ਝਾਤੀ ਮਾਰੋ ਆਪਣੀ ਜ਼ਿੰਮੇਵਾਰੀ ਤੋਂ ਭੱਜੋ ਨਾ ਨਾ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਭੱਜਣ ਦੇਣਾ ਦੂਸਰੀ ਬੇਨਤੀ ਭਗਵੰਤ ਮਾਨ ਜੀ ਇਹ ਕਹਿੰਦੇ ਆ ਕਿ ਲੋਕਤੰਤਰ ਆ ਤੁਹਾਡੇ ਪ੍ਰਧਾਨ ਜੀ ਕੀ ਲੋਕਾਂ ਦਾ ਫਤਵਾ ਜਿਹੜਾ ਹੈਗਾ ਉਹ ਸਿਰ ਮੱਥੇ ਤੇ ਮੈਂ ਹਾਰ ਕਬੂਲ ਕਰਦਾ ਤੇ ਤੁਸੀਂ ਲੋਕਾਂ ਦੇ ਉਹ ਲੋਕਾਂ ਨੂੰ ਅ ਅ ਸਿਰ ਝੁਕਾ ਕੇ ਕਬੂਲਦੇ ਆ ਤੇ ਤੁਸੀਂ ਕਹਿੰਦੇ ਹੋ ਕਿ ਜਿਸकी लाठी ਉਸकी भैंस ਜਨ ਕੀ ਤੁਸੀਂ ਕਹਿੰਦੇ ਹੋ ਕਿ ਦੁਜੀ ਬਣਿਓ ਤੁਹਾਡੇ ਦੋਨਾਂ ਦਾ ਆਪਸ ਵਿੱਚ ਕੋਈ ਤਾਲਮਿਲ ਨਹੀਂਗਾ ਮੈਂ ਤਾਂ ਹੀ ਕੱਲ ਬੇਨਤੀ ਕੀਤੀ ਸੀ ਇੱਕ ਕਮਰੇ 'ਚ ਬਣ ਵੜ ਕੇ ਸਲਾਹ ਕਰ ਲੋ ਕਿਉਂਕਿ ਤੇ ਲੋਕ ਜਿਹੜੇ ਹੈਗੇ ਉਹ ਫਿਰ ਉਹ ਦੇਖਦੇ ਕਿ ਯਾਰ ਫਲਾਣਾ ਲੀਡਰ ਆ ਗੱਲ ਕਹਿੰਦਾ ਤੀਜੀ ਗੱਲ ਤੁਸੀਂ ਹਿੰਟ ਦੇ ਧਾਰਾ ਮਨਜੀਤ ਸਿੰਘ ਸਿੱਕੀ ਖਡੂਰ ਸਾਹਿਬ ਵਾਲੇ ਹਲਕੇ ਦਾ ਤੁਸੀਂ ਕਿਹਾ ਜੀ ਅ ਰਣਜੀਤ ਸਿੰਘ ਜੀ ਬ੍ਰਹਮਪੁਰਾ ਜੀ ਐ एमपी ਬਣਨ ਤੋਂ ਬਾਅਦ ਤੇ ਉੱਥੇ ਜਿਹੜੀ ਹੈਗੀ ਆ ਉਹ ਸੀਟ ਖਾਲੀ ਹੋ ਗਈ ਤੇ ਸੀਟ ਖਾਲੀ ਹੋਣ ਤੋਂ ਬਾਅਦ ਵਿੱਚ ਤੁਸੀਂ ਇਹ ਦੱਸਿਆ ਕਿ ਹਾਂਜੀ ਜੀ ਉੱਥੇ ਪ੍ਰੋਬਲਮ ਆ ਗਈ ਅ ਬੇਅਦਬੀ ਦੀ ਤ੍ਰਮਨਜੀਤ ਸਿੰਘ ਸਿੱਕੀ ਐਮਐਲਏ ਬਣ ਗਿਆ ਮੈਂ ਤੁਹਾਡੀ ਤੁਸੀਂ ਆਪੋਜੀਸ਼ਨ ਦੇ ਲੀਡਰ ਚੰਗੀ ਤਰ੍ਹਾਂ ਸਟੱਡੀ ਕਰਿਆ ਕਰੋ ਪਹਿਲਾਂ ਫਿਰ ਉਸ ਤੋਂ ਬਾਅਦ ਕਿਉਂਕਿ ਲੋਕ ਸੱਤਾਧਾਰ ਪਰ ਪਾਰਟੀ ਤੇ ਆਪੋਜੀਸ਼ਨ ਪਾਰਟੀ ਨੂੰ ਦੇਖਦੇ ਆ ਕਿ ਕੌਣ ਕੀ ਬੋਲ ਰਿਹਾ ਮੈਨੂੰ ਲੱਗਦਾ ਤੁਸੀਂ ਦਿਮਾਗੀ ਤੌਰ ਤੇ ਤੁਹਾਡਾ ਸਿਸਟਮ ਸਹੀ ਨਹੀਂ ਹੈਗਾ ਤੁਸੀਂ ਸਤੁਲਨਣ ਗਵਾ ਚੁੱਕੇ ਹੋ ਕਿਸੇ ਚੰਗੇ ਡਾਕਟਰ ਨੂੰ ਦਿਖਾਓ 2012 ਦੇ ਵਿੱਚ ਰਮਨਜੀਤ ਸਿੰਘ ਸਿੱਕੀ ਨੇ ਰঞ্জੀਤ ਸਿੰਘ ਬ੍ਰਹਮਪੁਰੇ ਨੂੰ ਹਰਾਇਆ ਸੀਗਾ ਤੇ ਐਮਐਲਏ ਬਣੇ ਸੀਗੇ ਜਦੋਂ ਕਾਂਗਰਸ ਸਰਕਾਰ ਨਹੀਂ ਬਣੀ ਤੇ ਰਿਪੀਟ ਹੋਈ ਸੀਗੀ 2014 ਦੇ ਵਿੱਚ ਕਾਲੀ ਦਲ ਨੇ ਰਤਨ ਸਿੰਘ ਅਜਨਾਲੇ ਦੀ ਥਾਂ ਤੇ ਰਣਜੀਤ ਸਿੰਘ ਬ੍ਰਹਮਪੁਰੇ ਨੂੰ ਥੋ ਟਿਕਟ ਦਿੱਤੀ ਤੇ ਉਹ ਐਮਪੀ ਬਣ ਗਿਆ ਉਸ ਤੋਂ ਬਾਅਦ ਜਦੋਂ ਬਗੜਾੜੀ ਕਾਂਡ ਹੋਇਆ ਬੇਅਦਬੀ ਹੋਈ ਆ ਉਸ ਤੋਂ ਬਾਅਦ ਰਵਨਜੀਤ ਸਿੰਘ ਸਿੱਕੀ ਨੇ ਅਸਤੀਫਾ ਦਿੱਤਾ ਬੇਅਦਬੀ ਦੇ ਮਜੂਕੀ ਦੋਸ਼ੀ ਫੜੇ ਨਹੀਂ ਗਏ ਉਸ ਤੋਂ ਬਾਅਦ ਬਾਈ ਇਲੈਕਸ਼ਨ ਹੋਈ ਜਿਹਦੇ ਵਿੱਚ ਉਹ ਕਾਂਗਰਸ ਪਾਰਟੀ ਨੇ ਆਪਣਾ ਕੈਂਡੀਡੇਟ ਖੜਾ ਕੀਤਾ ਹੀ ਨਹੀਂ ਤੇ ਕਾਲੀ ਦਲ ਦਾ ਉਹਦਾ ਜਿਹੜਾ ਰਣਜੀਤ ਬ੍ਰਹਮਪੁਰੇ ਦਾ ਮੁੰਡਾ ਸੀਗਾ ਉਹ ਜੋ ਵੀ ਉਹ ਉਥੋਂ ਐਮ.ਐਲ.ਏ ਬਣਿਆ ਤੇ ਹੁਣ ਦੁਬਾਰਾ 2017 ਵਿੱਚ ਕਾਂਗਰਸ ਉਥੇ 200 ਰਮਨਜੀਤ ਸਿੰਘ ਸਿੱਕੀ ਜੀ ਸਾਡੇ ਐਮ.ਐਲ.ਏ ਨੇ ਆ ਆ ਹਿਸਟਰੀ ਯਾਰ ਤੁਸੀਂ ਆਪੋਜੀਸ਼ਨ ਦੇ ਲੀਡਰ ਹੋ ਮੈਂ ਤਾਂ ਬਹੁਤ ਛੋਟਾ ਜਿਹਾ ਵਰਕਰ ਆ ਤਾਂ ਵੀ ਜਿਹੜੇ ਮਰਜੀ ਸੀਟ ਦੀ ਮੇਰੇ ਨਾਲ ਜਦੋਂ ਮਰਜੀ ਬਹਿਸ ਕਰ ਲਈ ਕਿੱਥੇ ਕੀ ਹੋਇਆ ਸੀ ਕਿੱਥੇ ਕੀ ਹੋਇਆ ਸੀ ਤੇ ਤੁਹਾਨੂੰ ਪਤਾ ਹੀ ਕੋਈ ਨਹੀਂ ਮੈਨੂੰ ਲੱਗਦਾ ਤੁਸੀਂ ਠੀਕ ਨਹੀਂ ਹੋ ਡਿਪਰੈਸ਼ਨ ਚਲੇ ਗਿਓ ਦਵਾਈ-ਦਵਾਈ ਖਾਓ 2-4 ਦਿਨ ਰੈਸਟ ਕਰੋ ਡਾਕਟਰ ਦੀ ਸਲਾਹ ਲਾਓ ਉਸ ਤੋਂ ਬਾਅਦ ਲੋਕਾਂ ਦੀ ਕਚੈੜੀ ਚਾਯੋ ਕਿਉਂਕਿ ਇਹ ਕੁ ਜ਼ਿੰਮੇਵਾਰ ਲੀਡਰ ਦੀ ਬਿਆਨ ਨਹੀਂ ਹੈਗੇ ਮੈਂ ਸੁਣ ਕੇ ਬੜਾ ਮੈਂ ਤੁਹਾਡੀ ਇੱਕ ਇੱਕ ਚੀਜ਼ ਸੁਣਦਾ ਹਰੇਕ ਲੀਡਰ ਦੀ ਸੁਣਦਾ ਮੋਦੀ ਤੋਂ ਲੈ ਕੇ ਤੇ ਆਪਣੇ ਇਲਾਕੇ ਦਾ ਕਾਉਂਸਲਰ ਹੈ ਨਾ ਇਹ ਲਾਲੋ ਸਾਖਤ ਹੋਈ ਜਾਂ ਸਰਪੰਚ ਉੱਥੋਂ ਤੱਕ ਵੀ ਤੇ ਇਹੀ ਬੇਨਤੀ ਕਰਨੀ ਆ ਕਿ ਜ਼ਿੰਮੇਵਾਰੀ ਦਾ ਠਿਕਰੀ ਦੂਜਿਆਂ ਦੇ ਭੰਦੇ ਵੀ ਕਾਂਗਰਸ ਹਾਰ ਗਈ ਸੀਗੀ ਕਾਲੀਦਾਲ ਕਾਂਗਰਸ ਸਰਕਾਰ ਚ ਹਾਰ ਗਈ ਸੀ ਤੇ ਅਸੀਂ ਹਾਰ ਗਏ ਤਾਂ ਕੀ ਹੋ ਗਿਆ ਨੋ ਕਦੋਂ ਉਹ ਦੂਜੇ ਧਰਾਂ ਦੇ ਵਿੱਚ ਸੀਗੇ ਦੂਜੇ ਨੰਬਰ ਤੇ ਹੁੰਦੇ ਤੁਸੀਂ ਤੀਜੇ ਤੇ ਆਏ ਹੋ ਤੇ ਇਸ ਵਾਰ ਤੁਸੀਂ ਮੁੱਖ ਵਿਰੋਧੀ ਧਰ ਦੇ ਲੀਡਰ ਹੋ ਤਾਂ ਕਰਕੇ ਤੁਹਾਡੇ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਆ ਤੇ ਕਿਰਪਾ ਕਰਕੇ ਇਹਦੇ ਬਾਰੇ ਜਲਦੀ ਜਿਹੜਾ ਹੈਗਾ ਫੈਸਲਾ ਲੋਕਾਂ ਨੂੰ ਸੁਣਾਓ ਐਨੀ ਗੱਲ ਕਹਿ ਕੇ ਫਤਿਹ ਅਜਰ ਕਰਦਾ ਹਾਂ ਦੋਸਤੋ ਫਿਰ ਇਹਨਾਂ ਦੇ ਬਿਆਨ ਜਦੋਂ ਵੀ ਆਊਗਾ ਤੇ ਉੱਥੇ ਦੁਬਾਰਾ ਲਾਈਵ ਹੋ ਕੇ ਤੁਹਾਡੇ ਨਾਲ ਡਿਸਕਸ ਕਰੂੰਗਾ ਜੇ ਕੋਈ ਗਲਤੀ ਹੋ ਗਈ ਤੇ ਮੈਨੂੰ ਕਮੈਂਟ ਰਾਹੀਂ ਜ਼ਰੂਰ ਦੱਸਿਓ ਤੇ ਮੈਂ ਅੱਗੇ ਤੋਂ ਉਸ ਚੀਜ਼ ਦਾ ਖਿਆਲ ਰੱਖੂੰਗਾ ਤੇ ਜੇ ਗੱਲ ਗਲਤ ਕਹਿੰਦਾ ਹੋਊਂਗਾ ਜੇ ਚੰਗੀ ਕਹਿੰਦਾ ਹੋਊਂਗਾ ਤੈਨੂੰ ਸ਼ੇਅਰ ਕਰਕੇ ਸਾਰਿਆਂ ਨਾਲ ਗਾਂ ਤੋਂ ਗਾਂ ਪਹਚਾਇਓ ਕਿਉਂਕਿ ਇਹ ਲੋਕ ਹੁਣ ਪੰਜਾਬ ਦੇ ਲੋਕ ਬੇਵਕੂਫ ਬਣਨੇ ਨਹੀਂਗੇ ਇਹਨਾਂ ਦੇ ਇਹਨਾਂ ਦੇ ਅੱਖ ਜੇ ਨਹੀਂ ਆਉਣ ਵਾਲੇ ਲੋਕ ਕੈਨੇਡਾ ਤੋਂ ਸਰੀ ਤੋਂ ਇਹ ਵੀਡੀਓ ਬਣਾਵਣਾ ਪਉਂਦੇ ਆ ਕਿ ਹਾਂਜੀ ਜੀ ਕਿ ਤੁਸੀਂ ਲੋਕਾਂ ਨੇ ਪੰਜਾਬ ਦਾ ਬੇੜਾ ਘਰ ਕਰ ਦਿੱਤਾ ਜਿਹੜੇ ਐਨ ਆਰ ਆਈ ਤੁਹਾਡੇ ਹੱਕ ਦੇ ਵਿੱਚ ਜਿਹੜੇ ਹੈਗੇ ਬੋਲਦੇ ਸੀਗੇ ਤੇ ਉਹ ਵੀ ਦੇਖ ਲਿਓ ਅੱਖੋਂ ਤੇ ਤੁਹਾਨੂੰ ਸ਼ੇਅਰ ਕਰ ਦੂੰਗਾ ਤੇ ਫਤਿਹ ਹਜਰਾ ਸਤ ਸ੍ਰੀ ਅਕਾਲ ਦੋਸਤੋ ਫਿਰ ਕੋਈ ਨਵੀਂ ਗੱਲ ਲੈ ਕੇ ਹਾਜ਼ਰ ਹੋਊਂਗਾ ਸਤ ਸ੍ਰੀ ਅਕਾਲ